ਆਓ ਇੱਕੀ ਵਾਰ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਵਿਦਿਆਲੇ ਦੇ ਅੰਦਰ ਰਹਿਣ ਵਾਲੇ ਸਮੂਹ ਵਿਦਿਆਰਥੀ ਸਿੰਘਾਂ ਵੱਲੋਂ ਜਿੰਨੀਆਂ ਵੀ ਸੰਗਤਾਂ ਸਵੇਰ ਦੇ ਸਮੇਂ ਤੋਂ ਲੈ ਕਰਕੇ ਹੁਣ ਦੇ ਸਮੇਂ ਤੱਕ ਸਾਲਾਨਾ ਸ਼ਹੀਦੀ ਸਮਾਗਮ ਵਿੱਚ ਆਪ ਜੀ ਨੇ ਵਡਮੱਲਾ ਯੋਗਦਾਨ ਪਾਇਆ, ਵਿਦਿਆਲੇ ਦੀ ਸਾਰੇ ਹੀ ਵਿਦਿਆਰਥੀ ਸਿੰਘਾਂ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਚੱਲਿਆ ਹੋਇਆ ਆਪ ਜੀ ਦਾ ਇੱਕ ਇੱਕ ਕਦਮ ਸਾਰੇ ਹੀ ਵਿਦਿਆਲੇ ਦੇ ਵਿਦਿਆਰਥੀ ਸਿੰਘਾਂ ਦੇ ਸਿਰ ਮੱਥੇ 'ਤੇ ਪ੍ਰਵਾਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਭੁੱਲਣ ਅੰਦਰ ਸਭ ਕੋ ਉਹ ਭੁੱਲ ਗੁਰੂ ਕਰਤਾਰ। ਭੁੱਲਣ ਵਿੱਚ ਕੀ ਆ, ਸਭ ਕੋਏ ਕਰਤਾ ਆਪ ਨਾ ਭੁੱਲੇ। ਕਲਯੁਗੀ ਜੀਵ ਅਨੇਕਾਂ ਤਰ੍ਹਾਂ ਦੀਆਂ ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ, ਸਾਨੂੰ ਸਾਰਿਆਂ ਨੂੰ ਅਣਜਾਣ ਜਾਣ ਕਰਕੇ ਆਪ ਜੀ ਨੇ ਸੰਗਤੀ ਬਿਰਧ ਦੀ ਪਾਲਣਾ ਕਰਦੇ ਹੋਏ ਖਿਮਾ ਕਰ ਦੇਣਾ, ਸਾਡੀਆਂ ਗਲਤੀਆਂ ਭੁੱਲਾਂ ਤਰੁੱਟੀਆਂ ਅਨਡਿੱਟ ਕਰਨੀਆਂ, ਇੱਕ ਅਸੀਸ ਦੇਣੀ ਕਿ ਦੂਜਾ ਜਿਹੜਾ ਦਰਜਾ ਹੁੰਦਾ ਨਾ ਗੁਰੂ ਸਾਹਿਬ ਜੀ ਤੋਂ ਬਾਅਦ ਉਹ ਸੰਗਤ ਦਾ ਹੁੰਦਾ। ਇੱਕ ਅਸੀਸ ਦੇਣੀ ਆ ਉਹ ਕਿਹੜੀ ਕਿ ਜਿਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦੀ ਪਾਵਨ ਗੁਰਬਾਣੀ ਦੇ ਬਚਨ ਹਨ, ਸੇਵਕ ਕੀ ਓੜਕ ਨਿਭ ਹੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ, ਚਲਤੇ ਰਾਖਿਓ ਚੀਤ। ਅਖੀਰਲੇ ਸਵਾਸਾਂ ਤੱਕ ਗੁਰਮੁਖੋ ਕਈ ਤਰ੍ਹਾਂ ਦਾ ਮੋਹ ਹੁੰਦਾ, ਜਿਸ ਤਰ੍ਹਾਂ ਕਿ ਪਰਿਵਾਰ ਪਹਿਲਾਂ ਸਰੀਰ ਦਾ, ਸੰਸਾਰ ਦਾ, ਪਰਿਵਾਰ ਦਾ, ਇਹ ਮੋਹ ਤੋਂ ਸੱਚੇ ਪਾਤਸ਼ਾਹ ਜਾਂ ਸੰਗਤ ਅਰਦਾਸ ਬੇਨਤੀ ਕਿਰਪਾ ਕਰੇ ਤੇ ਮੋਹ ਤੋਂ ਬੰਦਾ ਬਚ ਸਕਦਾ, ਵਰਨਾ ਆਪਣੀ ਸਿਆਣਪ ਚਤਰਾਈ ਬਲਬੁੱਧ ਕਰਕੇ ਇਹ ਸੰਸਾਰ ਦੇ ਮੋਹ ਤੋਂ, ਸਰੀਰ ਦੇ ਮੋਹ ਤੋਂ, ਪਰਿਵਾਰ ਦੇ ਮੋਹ ਤੋਂ ਬਚਣਾ ਬਹੁਤ ਜ਼ਿਆਦਾ ਕਲਯੁਗੀ ਸਮੇਂ ਦੇ, ਵਰਤਮਾਨ ਸਮੇਂ ਦੇ ਦੌਰਾਨ ਬਹੁਤ ਜ਼ਿਆਦਾ ਔਖਾ। ਅਰਦਾਸ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਜੇ ਸਿੱਖੀ ਬਖਸ਼ੀ ਆ, ਬਾਣੀ ਤੇ ਬਾਣਾ ਬਖਸ਼ਿਆ, ਅਤੇ ਜਿਹੜੀ ਪੰਥ ਦੀ ਸਰਮੌਰ ਜਥੇਬੰਦੀ ਆ, ਜਥੇਬੰਦੀਆਂ ਗੁਰਮੁਖੋ ਸਾਰੀਆਂ ਸਤਿਕਾਰਯੋਗ ਆ, ਪਰ ਜਥੇਬੰਦੀਆਂ ਦੇ ਵਿੱਚੋਂ ਸਰਮੌਰ ਜਥੇਬੰਦੀ ਦਮਦਮੀ ਟਕਸਾਲ ਦੇ ਵਿਦਿਆਰਥੀ ਬਣਨ ਦਾ ਇਹ ਸੁਭਾਗ ਸਾਨੂੰ ਪ੍ਰਾਪਤ ਹੋਇਆ। ਕਿਉਂ, ਇਹ ਸ਼ਹੀਦਾਂ ਦੀ ਜਥੇਬੰਦੀ ਹੈ। ਇੱਕ ਸ਼ਹੀਦ ਪਿਤਾ ਦੇ ਪੁੱਤਰ ਤੇ ਸ਼ਹੀਦ ਪੁੱਤਰਾਂ ਦੇ ਪਿਤਾ, ਇਹ ਆਮ ਬੰਦੇ ਦੀ ਚਲਾਈ ਨਹੀਂ, ਲੋਕ ਤਰਕਾਂ ਕਰਦੇ ਆ, ਉਹਨਾਂ ਦੀ ਆਪਣੀ ਨਿੱਜੀ ਸੋਚ ਹੈ। ਸ਼ਹੀਦ ਪਿਤਾ ਦੇ ਪੁੱਤਰ ਤੇ ਸ਼ਹੀਦ ਪਿੱਤਰ ਪੁੱਤਰਾਂ ਦੇ ਪਿਤਾ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਕਾਰ ਕਮਲਾਂ ਨਾਲ ਚਲਾਈ, ਤੇ ਅੱਗੇ ਜਿਹੜੀ ਦਮਦਮੀ ਟਕਸਾਲ ਦੀ ਪਰੰਪਰਾ ਆਰੰਭ ਹੋਈ ਆ, ਉਹ ਵੀ ਸ਼ਹੀਦਾਂ ਤੋਂ ਸ਼ੁਰੂ ਹੋਈ ਆ। ਦਮਦਮੀ ਟਕਸਾਲ ਦੇ ਪਹਿਲੇ ਦੋ ਮੁਖੀ ਅਮਰ ਸ਼ਹੀਦ, ਜਿਨ੍ਹਾਂ ਨੂੰ ਅਨੋਖੇ ਸ਼ਹੀਦ ਵੀ ਕਿਹਾ ਜਾਂਦਾ। ਅਨੋਖੇ ਸ਼ਹੀਦ ਇਸ ਕਰਕੇ ਕਿਹਾ ਜਾਂਦਾ, ਦੁਨੀਆਂ ਤੇ ਗੁਰਮੁਖੋਂ ਬੜੇ ਜਰਨੈਲ ਪੈਦਾ ਹੋਇਆ,
ਆਪਣੇ ਸਰੀਰ ਅੰਦਰ ਸਵਾਸਾਂ ਦੁਆਰਾ ਉਹਨਾਂ ਨੇ ਜਰਨੈਲੀ ਕੀਤੀ ਆ, ਜੰਗ ਲੜੇ ਆ, ਬਹੁਤ ਵੱਡੇ ਵੱਡੇ ਆਪਣੀ ਕੌਮ ਦੇ ਨਸਲ ਦੇ ਸੰਬੰਧ ਵਿੱਚ ਉਹਨਾਂ ਮਾਰ ਕੇ ਮਾਰਿਆ, ਪਰ ਇੱਕੋ ਇੱਕ ਦਮਦਮੀ ਟਕਸਾਲ ਦਾ ਅਨੋਖਾ ਸ਼ਹੀਦ ਆ, ਧੜ ਨਾਲੋਂ ਸਿਰ ਵੱਖਰਾ ਤੇ ਫਿਰ ਵੀ ਕੌਮ ਬਾਰੇ, ਗੁਰੂ ਬਾਰੇ ਤੇ ਪੰਥ ਬਾਰੇ ਲੜਦਾ। ਇਸ ਕਰਕੇ ਉਹਨਾਂ ਨੂੰ ਕੌਮ ਦੇ ਅਨੋਖੇ ਸ਼ਹੀਦ ਕਿਹਾ ਜਾਂਦਾ, ਜਿਨ੍ਹਾਂ ਨੇ ਧੜ ਦੇ ਨਾਲ ਜੰਗ ਕੀਤਾ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਇਆ ਤੇ ਉਹਨਾਂ ਤੋਂ ਦੂਜੇ ਦਮਦਮੀ ਟਕਸਾਲ ਦੇ ਅਮਰ ਸ਼ਹੀਦ ਸੱਚਖੰਡ ਵਾਸੀ ਬਾਬਾ ਗੁਰਬਖਸ਼ ਸਿੰਘ ਜੀ, ਇਹ ਦਮਦਮੀ ਟਕਸਾਲ ਦੇ ਦੋ ਮੁੱਢਲੇ ਸ਼ਹੀਦ ਹੋਇਆ, ਸ਼ਹੀਦਾਂ ਦੀ ਜਥੇਬੰਦੀ ਆ। ਤੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਜੋ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਕੌਮ ਨੂੰ ਦਿੱਤਾ, ਉਹਨੂੰ ਕੋ ਗੁਰਮੁਖੋ ਅੱਖੋਂ ਪਰੋਖੀ ਨਹੀਂ ਕਰ ਸਕਦਾ। ਮੈਨੂੰ ਪਰਸੋਂ ਇੱਕ ਪੱਤਰਕਾਰ ਦਾ ਫੋਨ ਆਇਆ ਸੀ ਕਿ ਬਿਟੋ ਸੰਤਾਂ ਦੇ ਉੱਪਰ ਕਿੰਤੂ ਕਰਦਾ, ਤੇ ਮੈਂ ਉਹਨੂੰ ਜਵਾਬ ਦਿੱਤਾ ਸੀ ਸੰਤਾਂ ਦੀ ਜ਼ਿੰਦਗੀ, ਸੰਤਾਂ ਦਾ ਜੀਵਨ ਇੱਕ ਸੂਰਜ ਦੀ ਨਿਆਈ ਆ। ਸੂਰਜ ਦੇ ਉੱਪਰ ਜੇ ਕੋਈ ਬੰਦਾ ਥੁੱਕ ਕਰਕੇ ਕਹੇ ਕਿ ਮੈਂ ਸੂਰਜ ਨੂੰ ਮੈਲਾ ਕਰ ਦੂੰਗਾ, ਥੁੱਕਣ ਵਾਲੇ ਦੇ ਆਪਣੇ ਮੂੰਹ ਦੇ ਉੱਪਰ ਪੈਂਦਾ। ਉਹ ਚਮਕਦੇ ਸੀ, ਚਮਕਦੇ ਹਨ, ਤੇ ਪਰ ਜਿੰਨਾ ਚਿਰ ਦੁਨੀਆਂ ਰਹੂਗੀ ਉਹਨਾਂ ਚਿਰ ਸੂਰਜ ਵਾਂਗੂ ਚਮਕਦੇ ਰਹਿਣਗੇ। ਪਰ ਗੁਰਮੁਖੋ, ਇਹ ਜਿਹੜੇ ਵਿਦਵਾਨ ਲੋਕ ਆ ਉਹ ਜਾਣਦੇ ਇਹ ਇੱਕ ਅੰਗੀ ਪ੍ਰਮਾਣ ਆ। ਹੁਣ ਆਪਣੀ ਧਰਤੀ ਤੇ ਸੂਰਜ ਚੜ੍ਹਿਆ, ਹੁਣ ਇਹਨੇ ਥੋੜੇ ਸਮੇਂ ਬਾਅਦ ਛਿਪ ਜਾਣਾ, ਪਰ ਸੰਤ ਗਿਆਨੀ ਜਰਨੈਲ ਸਿੰਘ ਦਾ ਜਸ ਜਿਵੇਂ ਜਿਵੇਂ ਪੁਰਾਣਾ ਹੋਊਗਾ, ਜਿਸ ਤਰ੍ਹਾਂ ਸੋਨਾ ਸੁਨਿਆਰ ਆਪਣੀ ਭੱਠੀ ਵਿੱਚ ਕੁਠਾਲੀ ਵਿੱਚ ਪਾ ਕਰਕੇ ਜਿੰਨੀ ਵਾਰ ਉਹਨੂੰ ਤਪਾਉਂਦਾ, ਗੁਰਮੁਖੋ ਸੋਨੇ ਵਿੱਚ ਨਿਖਾਰ ਆਉਂਦਾ। ਇਸੇ ਤਰ੍ਹਾਂ ਜਿਵੇਂ ਸਮਾਂ ਬਦਲੇਗਾ, ਸਮੇਂ ਵਿੱਚ ਤਬਦੀਲੀ ਆਉਣੀ, ਕਰਵਟ ਆਉਣੀ ਆ, ਇਸੇ ਤਰ੍ਹਾਂ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੀ ਜਸ ਵਡਿਆਈ ਵਿੱਚ ਨਿਖਾਰ ਆਉਣਾ। ਜੇ ਕੋਈ ਬਿੱਟੂ ਵਰਗਾ ਪਤਤ ਬੰਦਾ, ਉਹ ਭੋਲਿਆ ਤੂੰ ਤਾਂ ਸਿੱਖ ਵੀ ਨਹੀਂ, ਤੇਰੀ ਦਾੜੀ ਮੁੰਨੀ, ਤੇਰਾ ਸਿਰ ਮੁੰਨਿਆ, ਤੇ ਤੂੰ ਦੁਸ਼ਟਾਂ ਦੇ ਪਰਿਵਾਰ ਵਿੱਚ ਪੈਦਾ ਹੋਇਆ, ਤੇਰਾ ਦਾਦਾ ਮੁੱਖ ਮੰਤਰੀ ਸੀ ਤੇ ਤੇਰੇ ਦਾਦੇ ਦੀ ਸਗੀ ਭੈਣ ਚੜ੍ਹਾਈ ਕਰ ਗਈ ਸੀ। ਉਸ ਪਰਿਵਾਰ ਦਾ ਦਮਦਮੀ ਟਕਸਾਲ ਦੇ ਨਾਲ ਅਥਾਹ ਪ੍ਰੇਮ ਸੀ ਤੇ ਅੱਜ ਵੀ ਹੈ। ਜਦੋਂ ਚੜ੍ਹਾਈ ਕੀਤੀ ਨਾ, ਤੇ ਬੇਅੰਤੇ ਬੁੱਚੜ ਦੀ ਉਹ ਭੈਣ ਸੀ ਤੇ ਭੈਣ ਦੀ ਅੰਤਿਮ ਕਿਰਿਆ ਤੇ ਗਿਆ, ਪਰ ਪਰਿਵਾਰ ਨੇ ਅਰਥੀ ਨੂੰ ਮੋਢਾ ਲਾਉਣ ਤੋਂ ਰੋਕਤਾ ਸੀ। ਸਕੀ ਭੈਣ ਸੀ, ਅੰਮ੍ਰਿਤਧਾਰੀ ਪਰਿਵਾਰ ਸੀ, ਦਮਦਮੀ ਟਕਸਾਲ ਦੇ ਨਾਲ ਉਸ ਪਰਿਵਾਰ ਦਾ ਅੱਜ ਵੀ ਸਨੇਹ ਹੈ, ਪਰ ਬੇਅੰਤੇ ਬੁੱਚੜ ਨੂੰ ਉਸ ਪਰਿਵਾਰ ਨੇ ਮੋਢਾ ਲਾਉਣ ਨਹੀਂ ਸੀ ਦਿੱਤਾ। ਤੇਰਾ ਤੇ ਆਪਣੇ ਨਾਨ ਵਾਹਿਗੁਰੂ ਭੈਣ ਦੇ ਘਰ ਵੀ ਤੇਰੇ ਦਾਦੇ ਦਾ ਇੰਨਾ ਕੁ ਮਾਣ ਸਨਮਾਨ ਸੀ, ਦੁਨੀਆ ਜਿੰਨਾ ਚਿਰ ਤੱਕ ਰਹੂਗੀ ਉਹਨਾਂ ਚਿਰ ਤੱਕ ਤੇਰੇ ਦਾਦੇ ਦਾ ਨਾਂ ਲੈ ਕੇ ਉਹਨੂੰ ਤਖਲਸ ਕੀ ਦੇਣਗੇ, ਬੇਅੰਤਾ ਬੁੱਚੜ। ਤੇ ਬੁੱਚੜਾਂ ਦੇ ਘਰ ਗੁਰਮੁਖੋ ਬੁੱਚੜੀ ਪੈਦਾ ਹੁੰਦੇ ਆ, ਤੇ ਬੁੱਚੜ ਉਹਨੂੰ ਕਹਿੰਦੇ ਆ ਜਿਹੜਾ ਪਾਪ ਕਰਦਾ ਹੋਵੇ, ਨਿਰਦੋਸ਼ ਜੀਵਾਂ ਦਾ ਕਤਲ ਕਰਦਾ ਹੋਵੇ, ਉਹਨੂੰ ਗੁਰਮੁਖੋ ਬੁੱਚੜ ਕਹਿੰਦੇ ਆ। ਮੈਂ ਕਿਹਾ ਵੀ ਇਹ ਬੁੱਚੜਾਂ ਦੇ ਪਰਿਵਾਰ ਵਿੱਚੋਂ ਆ, ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਜਿਹੜਾ ਜਸ ਆ ਉਹ ਇੱਕ ਸੂਰਜ ਵਾਂਗੂ ਚਮਕਦਾ, ਇਹਦੀ ਨਿੰਦਿਆ ਰੂਪੀ ਥੁੱਕ ਦੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦੀ ਜਸ ਵਡਿਆਈ ਦਾ ਜਿਹੜਾ ਮਹੱਤਵ ਆ ਉਹ ਕਦੇ ਮੈਲਾ ਨਹੀਂ ਹੋਣਾ। ਇਹੋ ਜਿਹੇ ਕਈ ਆਏ, ਕਈ ਆਉਣਗੇ ਤੇ ਕਈ ਆਉਣ ਵਾਲੇ ਸਮੇਂ ਵਿੱਚ ਪੈਦਾ ਹੋਣਗੇ,
ਪ੍ਰੇਮੀਆਂ ਤੂੰ ਆਪਣੇ ਵੱਲ ਝਾਤੀ ਮਾਰ, ਤੂੰ ਤਾਂ ਸਿੱਖ ਵੀ ਨਹੀਂ, ਤੇਰਾ ਸਿਰ ਮੁੰਨਿਆ, ਤੇਰੀ ਦਾੜੀ ਮੁੰਨੀ, ਅੰਮ੍ਰਿਤ ਤੂੰ ਨਹੀਂ ਸਕਿਆ, ਤੇਰਾ ਕੋਈ ਵੀ ਧਰਮ ਨਹੀਂ, ਨਾ ਤੂੰ ਹਿੰਦੂ ਆ, ਨਾ ਤੂੰ ਸਿੱਖ ਆ, ਨਾ ਤੂੰ ਮੁਸਲਮਾਨ ਆ, ਤੇ ਨਾ ਗੁਰਮੁਖਾ ਤੋਂ ਈਸਾਈ ਆ, ਤੇਰਾ ਤੇ ਧਰਮ ਹੀ ਕੋਈ ਨਹੀਂ, ਤੇ ਜਿਸ ਬੰਦੇ ਦਾ ਕੋਈ ਧਰਮ ਨਹੀਂ ਉਹਦਾ ਗੁਰਮੁਖੋ ਗੁਨੀਆ ਦੁਨੀਆਂ ਤੇ ਕੋਈ ਨਾਮ ਨਹੀਂ ਹੁੰਦਾ। ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ। ਰਹਿਤ ਬਿਨਾ ਨਹਿ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ, ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੇ। ਤੇਰੀ ਕੋਈ ਰਹਿਤ ਨਹੀਂ, ਤੇਰਾ ਕੋਈ ਨਾਂ ਨਹੀਂ, ਤੇ ਤੇਰੇ ਪਰਿਵਾਰ ਦੀ ਕੋਈ ਸਮਾਜ ਨੂੰ, ਪੰਜਾਬ ਨੂੰ, ਕੌਮ ਨੂੰ, ਪੰਥ ਨੂੰ ਕੋਈ ਦੇਣ ਵੀ ਨਹੀਂ। ਇੱਕ ਜ਼ਰੂਰ ਦੇਣ ਆ ਕਿ ਜਿੰਨਾ ਚਿਰ ਤੱਕ ਦੁਨੀਆ ਰਹੇਗੀ ਤੇਰੇ ਦਾਦੇ ਦਾ ਨਾਂ ਲੈ ਕਰਕੇ ਦੁਨੀਆ ਦੇ ਲੋਕ ਕਹਿਣਗੇ ਬੇਅੰਤਾ ਬੁੱਚੜ, ਤੇ ਜਿੰਨਾ ਮਰਜ਼ੀ ਤੂੰ ਯਤਨ ਕਰ ਲਾ ਬੇਅੰਤ ਸਿੰਘ ਪ੍ਰੇਮੀਆਂ ਕਦੇ ਨਹੀਂ ਕਿਸੇ ਨੇ ਕਹਿਣਾ। ਇਸ ਕਰਕੇ ਇਹ ਦਮਦਮੀ ਟਕਸਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਕਾਰ ਕਮਲਾਂ ਦੁਆਰਾ ਚਲਾਈ ਸੀ, ਤੇ ਜਿੰਨਾ ਚਿਰ ਦੁਨੀਆ ਰਹੇਗੀ ਇਸੇ ਪੀੜੀ ਚੱਲਦੀ ਰਹਿਣੀ ਆ, ਤੇ ਪੰਥ ਦੀ, ਕੌਮ ਦੀ, ਗੁਰੂ ਦੀ ਸੇਵਾ ਦਮਦਮੀ ਟਕਸਾਲ ਨੇ ਇਸੇ ਤਰ੍ਹਾਂ ਕਰਦੀ ਰਹਿਣੀ ਆ। ਇਹ ਅੱਜ ਦਾ ਜਿਹੜਾ ਪਹਿਲੇ ਦਿਨ ਦਾ ਸਮਾਗਮ ਸੀ, ਇਹ ਸਮੁੱਚੇ ਕੌਮ ਦੇ ਸ਼ਹੀਦਾਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਸੀ, ਕਿਉਂਕਿ ਕਈਆਂ ਪ੍ਰੇਮੀਆਂ ਨੇ ਇਹ ਲਾਮਾ ਵੀ ਦਿੱਤਾ ਸੀ ਤੇ ਉਹਨਾਂ ਦਾ ਲਾਮਾ ਗੁਰਮੁਖੋ ਜਾਇਜ਼ ਵੀ ਆ ਕਿ ਦਮਦਮੀ ਟਕਸਾਲ ਨੇ ਕਦੇ ਸ਼ਹੀਦਾਂ ਦੀ ਯਾਦ ਨਹੀਂ ਮਨਾਈ, ਕਿਉਂਕਿ ਜਿਸ ਪਰਿਵਾਰ ਦਾ ਕੋਈ ਮੈਂਬਰ ਸ਼ਹੀਦ ਹੋਵੇ ਨਾ ਉਹਨਾਂ ਦੀ ਇੱਛਾ ਹੁੰਦੀ ਹੈ ਕਿ ਸਾਡੇ ਪਰਿਵਾਰ ਦਾ ਸ਼ਹੀਦ ਹੋਇਆ, ਕੌਮ ਵਾਸਤੇ, ਪੰਥ ਵਾਸਤੇ, ਗੁਰੂ ਵਾਸਤੇ ਹੋਇਆ ਅਤੇ ਉਹਦੀ ਸ਼ਹੀਦੀ ਮਨਾਈ ਜਾਵੇ। ਗੁਰਮੁਖੋ ਜਿੰਨੀ ਕੁ ਸਤਿਗੁਰੂ ਸਾਹਿਬ ਜੀ ਨੇ ਵਿਦਿਆਲੇ ਦੇ ਸਮੂਹ ਵਿਦਿਆਰਥੀ ਸਿੰਘਾਂ ਨੂੰ ਸੋਝੀ ਬਖਸ਼ੀ ਆ, ਦਿੱਤੀ ਹੋਈ ਪੰਥ ਅਤੇ ਗੁਰੂ ਦੀ ਮਤ ਬੁੱਧ ਦੇ ਅਨੁਸਾਰ ਆਏ ਸਾਲ ਕੌਮ ਦੇ ਸਮੂਹ ਸ਼ਹੀਦਾਂ ਸਿੰਘਾਂ ਦੀ ਯਾਦ ਮਨਾਈ ਜਾਂਦੀ ਆ। ਉਹ ਭਾਵੇਂ ਕਿਸੇ ਇਲਾਕੇ ਦਾ ਹੋਵੇ, ਕਿਸੇ ਪਿੰਡ ਦਾ ਹੋਵੇ, ਦੇਸ਼ ਦਾ ਹੋਵੇ, ਪ੍ਰਦੇਸ਼ ਦਾ ਹੋਵੇ, ਜਿੱਥੇ ਵੀ ਹੋਇਆ ਅਸੀਂ ਸਮੂਹ ਸ਼ਹੀਦਾਂ ਸਿੰਘਾਂ ਦੀ ਸਾਲਾਨਾ ਯਾਦ ਮਨਾਈ ਆ। ਜਿਨ੍ਹਾਂ ਜਿਨ੍ਹਾਂ ਪਰਿਵਾਰਾਂ, ਜਥੇਬੰਦੀਆਂ, ਸੰਗਤਾਂ ਵੱਲੋਂ ਇਹ ਸਮਾਗਮ ਵਿੱਚ ਪਹੁੰਚ ਕਰਕੇ ਆਪਣਾ ਵਡਮੁੱਲਾ ਯੋਗਦਾਨ ਪਾਇਆ, ਅਸੀਂ ਸਾਰੇ ਹੀ ਇਸ ਵਿਦਿਆਲੇ ਦੇ ਵਿਦਿਆਰਥੀ ਸਿੰਘ ਆਪ ਜੀ ਦੇ ਪਾਏ ਹੋਏ ਵਡਮੁੱਲੇ ਯੋਗਦਾਨ ਦੇ ਇੱਕ ਵਾਰ ਨਹੀਂ, ਦੋ ਵਾਰ ਨਹੀਂ, ਰਹਿੰਦੀ ਜ਼ਿੰਦਗੀ ਇਸੇ ਤਰ੍ਹਾਂ ਰਿਣੀ ਰਵਾਂਗੇ ਭੁੱਲਾਂ ਚੁੱਕਾਂ ਦੀ ਖਿਮਾ। ਅਤੇ ਕੱਲ੍ਹ ਰੋਜ਼ ਨੂੰ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ, ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਤੋਂ ਲੈ ਕਰਕੇ ਸੱਚਖੰਡ ਵਾਸੀ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ, ਇਹਨਾਂ ਮਹਾਂਪੁਰਖਾਂ ਦੀ ਸਾਰਿਆਂ ਦੀ ਸਮੁੱਚੀ ਸਾਂਝੀ ਯਾਦ ਮਨਾਈ ਜਾਵੇਗੀ। ਮੈਂ ਆਪਣੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਕੱਲ੍ਹ ਰੋਜ਼ ਨੂੰ ਦਮਦਮੀ ਟਕਸਾਲ ਦੇ ਸਮੂਹ ਮਹਾਂਪੁਰਖਾਂ ਮੁਖੀਆਂ ਦੀ ਸਾਲਾਨਾ ਯਾਦ ਵਿੱਚ ਵੀ ਇਸੇ ਤਰ੍ਹਾਂ ਹੋਮ ਹਮਾ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਨੀ, ਭੁੱਲਾਂ ਚੁੱਕਾਂ ਦੀ ਖਿਮਾ। ਦੁਬਾਰਾ ਫਿਰ ਆਪਣੇ ਵੱਲੋਂ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ। ਹੁਣ ਸ਼੍ਰੀ ਅਨੰਦ ਸਾਹਿਬ ਦੀ ਪਾਵਨ ਗੁਰਬਾਣੀ ਦਾ ਜਾਪ, ਉਪਰੰਤ ਅਰਦਾਸ ਬੇਨਤੀ। ਅਰਦਾਸ ਬੇਨਤੀ ਤੋਂ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਸਰੂਪ
ਸੱਚਖੰਡ ਤਖਤਾਂ ਵਿਖੇ ਬਿਰਾਜਮਾਨ ਕੀਤੇ ਜਾਣਗੇ, ਉਪਰੰਤ ਸਾਰੀ ਸਮਾਪਤੀ ਹੋਵੇਗੀ। ਅਤੇ ਬਾਕੀ ਸੰਗਤਾਂ ਨੂੰ ਬੇਨਤੀ ਆ ਕਿ ਸਾਰੀਆਂ ਸੰਗਤਾਂ ਨੇ ਜਲ ਪਾਣੀ ਪ੍ਰਸ਼ਾਦਾ ਜ਼ਰੂਰ ਜਿਹੋ ਜਿਹਾ ਬਣਿਆ ਛਕ ਕਰਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।